ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੋ ਹਿੰਸਾ ਵਾਪਰੀ ਉਸ ਤੋਂ ਹਰ ਕੋਈ ਵਾਕਫ ਹੈ। ਭਾਰਤੀ ਫੌਜ ਨੇ ਬਾਬਾ ਰਾਮ ਰਹੀਮ ਸਿਰਸਾ ਵਿਖੇ ਡੇਰੇ ਨੂੰ ਭਾਰਤੀ ਸੈਨਾ ਤਹਿਤ ਆਪਣੇ ਕਬਜ਼ੇ 'ਚ ਕਰ ਲਿਆ ਗਿਆ, ਪਰ ਦੱਸਿਆ ਜਾ ਰਿਹਾ ਕਿ ਬਾਬਾ ਰਾਮ ਰਹੀਮ ਦੇ ਸਮਰਥਕ ਅਜੇ ਵੀ ਡੇਰੇ 'ਚ ਮੌਜੂਦ ਹਨ। ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 5169983222 ਤੇ 6464270704 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।